ਸਤਿ ਸ਼੍ਰੀ ਅਕਾਲ ਨਵੇਂ ਬਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਟਰੈਵਲ ਕਪਲ ਅਤੇ ਅਸੀਂ ਹਾਂ ਪਿੰਡ ਬਣ ਵਾਲੇ ਲੰਬੀ ਦੇ ਕੋਲ। ਰਾਤ ਅਸੀਂ ਇਸ ਘਰ 'ਚ ਪਹੁੰਚੇ ਸੀ ਅਤੇ ਤੁਹਾਨੂੰ ਇਹ ਹੁਣ ਘਰ ਵੀ ਦਿਖਾਵਾਂਗੇ। ਸੋ ਅੱਜ ਦੇ ਬਲੌਗ 'ਚ ਜਿਹੜਾ ਆਪਣਾ ਸਫ਼ਰ ਰਹੂਗਾ ਉਹ ਲੰਬੀ ਤੋਂ ਸ਼ੁਰੂ ਹੋ ਕੇ ਕੁੱਤਿਆਂ ਵਾਲੀ, ਹੋਰ ਕਿਹੜਾ ਸੀ, ਗਿੱਦੜਾਂ ਵਾਲੀ, ਖੁਸ਼ੀ ਫਿਰ ਹੱਸਣ ਲੱਗ ਜਾਂਦੀ ਹੈ ਪਿੰਡਾਂ ਦੇ ਨਾਮ ਸੁਣ ਕੇ, ਅਤੇ ਅਬੋਹਰ ਵਿੱਚੋਂ ਦੀ ਹੁੰਦੇ ਹਾਂਜੀ, ਅਤੇ ਸਿੱਖਾਂ ਵਾਲਾ, ਹੋਰ ਸੀਤੋ ਬੰਨੋ, ਐਂ ਕਰਕੇ, ਕਿਉਂਕਿ ਨਵਾਂ ਏਰੀਆ ਇਲਾਕੇ ਦੇ ਸਾਨੂੰ ਨਾਮ ਘੱਟ ਪਤਾ ਨੇ। ਅਤੇ ਇੱਥੋਂ ਦੀ ਲੰਘਦੇ ਹੋਏ ਅਸੀਂ ਅਬੋਹਰ ਵਿੱਚ ਦੀ ਅੱਜ ਗੰਗਾਨਗਰ ਤੱਕ ਪਹੁੰਚਣਾ। ਗੰਗਾਨਗਰ ਤੋਂ ਨੇੜੇ ਪਿੰਡ ਹਿੰਦੂ ਮਲਕੋਟ, ਅਤੇ ਜਿਹੜਾ ਲਾਸਟ ਪਿੰਡ ਹੈ, ਤਕਰੀਬਨ ਤਿੰਨ ਬਾਰਡਰਾਂ 'ਤੇ ਵਸਿਆ ਹੋਇਆ, ਪਾਕਿਸਤਾਨ ਦਾ ਬਾਰਡਰ ਹੈ, ਪੰਜਾਬ ਦਾ ਬਾਰਡਰ ਹੈ ਅਤੇ ਰਾਜਸਥਾਨ ਦਾ ਬਾਰਡਰ ਹੈ। ਉੱਥੇ ਤੱਕ ਅਸੀਂ ਅੱਜ ਪਹੁੰਚਾਂਗੇ, 90 ਕਿਲੋਮੀਟਰ ਦਾ ਸਾਡਾ ਸਫ਼ਰ ਹੋਊਗਾ। ਸੋ ਉਮੀਦ ਹੈ ਤੁਸੀਂ ਅੱਜ ਦਾ ਵਲੌਗ ਸਾਡਾ ਇੰਜੋਏ ਕਰੋਗੇ। ਅਤੇ ਇੱਧਰ ਆਪਣਾ ਮੋਟਰਸਾਈਕਲ ਖੜ੍ਹਾ, ਇਹਨਾਂ ਨੇ ਜੱਟ ਸੌਦਾ ਸਿੱਧਾ, ਅਤੇ ਸੰਦਾਂ ਨੇ ਵਿਚਾਲੇ ਖੜ੍ਹਾ, ਅਤੇ ਇੱਧਰ ਆਪਣੀ ਮਰਸਡੀਜ਼ ਖੜ੍ਹੀ ਹੈ ਇਹ ਗੁਰਜਾਪ ਕੀ, ਅਤੇ ਇੱਧਰ ਨੀਲਾ ਫੋਰਡ, ਅਤੇ ਆਪਣਾ ਬੁਲਟ, ਅਤੇ ਇਹਦੇ ਧੁੰਦ ਠੰਡ ਇੰਨੀ ਹੈ ਯਾਰ, ਦੇਖੋ ਇੱਥੇ ਬੋਰੀਆਂ ਬੋਰੀਆਂ ਪਾਈਆਂ ਸੀ ਇਹ ਖਾਲ ਵਾਲੀਆਂ, ਅਤੇ ਪਰ ਆਹ ਤਰੇਲ ਜੰਮ ਗਈ ਉੱਤੇ, ਇੰਨੀ ਤਰੇਲ ਜੰਮੀ ਹੋਈ ਹੈ। ਅਤੇ ਮੋਟਰਸਾਈਕਲ ਇੱਧਰ ਘਰ ਹੈ ਬਾਈ ਦਾ, ਅਤੇ ਬਹੁਤ ਸਾਰੇ ਸੱਜਣ ਸਾਨੂੰ ਇੱਥੇ ਮਿਲਣ ਆਇਆ, ਜਿਹੜਾ ਅਸੀਂ ਰਾਤ ਬੋਲਿਆ ਸੀਗਾ ਕਿ ਬਣ ਵਾਲੇ ਪਿੰਡ ਆ ਜਿਓ, ਅਤੇ ਮਿਲਣ ਆਏ ਹੋਏ ਆ ਇਹ ਬਾਈ ਜੀ ਆਏ, ਅਤੇ ਇੱਧਰ ਇਹ ਛੋਟੇ ਛੋਟੇ ਬੱਚੇ ਵੀ ਆਏ ਨਾਲ ਮਿਲਣ। ਇਹ ਗੁਰਜਾਪ ਦਾ ਘਰ ਹੈ, ਅਤੇ ਜਿੱਥੇ ਅਸੀਂ ਰਹਿ ਰਹੇ ਸੀ ਬਣ ਵਾਲੇ, ਅਤੇ ਥੋੜ੍ਹੇ ਟਾਈਮ 'ਚ ਹੀ ਬਸ ਅਸੀਂ ਇੱਥੋਂ ਨਿਕਲ ਰਹੇ ਹਾਂ, ਰੈਡੀ ਹੋ ਰਹੇ ਹਾਂ। ਹਾਂਜੀ, ਆਹ ਲਾਡੀ ਆ ਗਿਆ ਬਾਈ ਦੇ, ਕੁੱਤੇ ਦਾ ਨਾਂ ਦੇਖੋ ਗੁਰਜਾਪ ਯਾਰ, ਲਾਡੀ ਨਾਂ ਬੜਾ ਸੋਹਣਾ ਰੱਖਿਆ ਕੁੱਤੇ ਦਾ ਤੂੰ, ਲਾਡੀ, ਜੱਟ ਸੌਦਾ ਸਿੱਧਾ, ਜੱਟ ਸੌਦੇ ਵਾਲਾ ਕੰਮ ਆ ਗੁਰਜਾਪ ਦਾ। ਅੱਛਾ, ਲਾਡੀ ਦਾ ਦੋਸਤ ਹੈ, ਅਤੇ ਗੱਗੂ ਗਿੱਲ ਨੂੰ ਮਿਲਣਾ ਸੀ ਯਾਰ, ਵੈਸੇ ਅਸੀਂ ਸਾਡਾ ਡਬਲ ਮਾਈਂਡਡ ਹੋਈ ਜਾਂਦਾ, ਪਰ ਅਬੋਹਰ ਤੋਂ ਬਹੁਤ ਸਾਰੇ ਮੈਸੇਜ ਆ ਰਹੇ ਨੇ ਜਿਸ ਕਰਕੇ ਅਸੀਂ ਆਪਣਾ ਸਫ਼ਰ ਕੰਟੀਨਿਊ ਰੱਖਾਂਗੇ। ਅਤੇ ਮਾਨੀਖੇੜੇ ਪਿੰਡ ਜਾਣਾ ਸੀਗਾ ਗੱਗੂ ਗਿੱਲ ਦੇ, ਉਹ ਫਿਰ ਜਾਵਾਂਗੇ, ਅਤੇ ਹੁਣ ਸਾਡੀਆਂ ਤਿਆਰੀਆਂ, ਲੈ ਬੋਲੀ ਪਾਊ, ਇਹ ਛੋਟੀ ਕੁੜੀ ਬੋਲੀ ਪਾਊ, ਇਹ ਕਦੇ ਤੁਸੀਂ ਸਾਡੇ ਘਰ ਆਏ, ਅਸੀਂ ਫੁੱਲੇ ਨਾਲ ਸਮਾਏ। ਖਾਣਾ ਤਿਆਰ ਹੈ, ਫਿਰ ਖਾਣਾ ਖਾ ਕੇ ਫਿਰ ਅਸੀਂ ਜਾਵਾਂਗੇ। ਦੇਖ ਪਿੱਤਲ ਦੀਆਂ ਕੌਲੀਆਂ, ਸੇਵਾ ਇਹ ਹੈ ਮਾਲਵੇ ਦੀ, ਦੇਖ ਪਿੱਤਲ ਦੀਆਂ ਕੌਲੀਆਂ ਅਤੇ ਪਿੱਤਲ ਦੇ ਗਲਾਸਾਂ 'ਚ ਲੱਸੀ ਨਾਲ, ਜਿੰਨਾ ਟਾਈਮ ਪੁਰਾਣੇ ਬਾਬੇ ਬੈਠੇ ਪਿੱਤਲ ਘਰਾਂ 'ਚ ਰਹੂ ਵੀ ਰਹੂਗਾ। ਹੈਂਜੀ, ਸਹੀ ਗੱਲ ਹੈ, ਕਦੋਂ ਦੇ ਆ, ਵਿਆਹ ਵੇਲੇ ਦੇ, ਤੁਹਾਡੇ ਵਿਆਹ ਵੇਲੇ ਦੇ, ਲੈ ਫਿਰ ਦਾ ਧੰਨ ਭਾਗਿਆ, ਲੈ ਇੱਧਰ ਕਿਚਨ ਵੀ ਦਿਖਾ ਦਿਓ ਤੁਹਾਨੂੰ, ਇੱਧਰ ਮਾਤਾ ਰੋਟੀਆਂ ਲਾਈ ਜਾਂਦੀਆਂ ਦੇ ਸਾਡੇ ਲਈ, ਆਹ ਪਿੱਤਲ ਹੀ ਪਿੱਤਲ ਪਿਆ ਦੇ ਘਰ 'ਚ। ਯਾਰ ਤੁਸੀਂ ਨਾ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਪੰਜਾਬੀ ਟਰੈਵਲ ਕਪਲ ਜਾਂ ਰਿਪਨ ਖੁਸ਼ੀ ਚਹਿਲ ਲਿਖ ਦਿਓ, ਕਿਉਂਕਿ ਆਹ ਖੁਸ਼ੀ ਦੇਖ ਸਟੋਰੀਆਂ ਪਾ ਰਹੀ ਹੈ ਲਾਈਵ ਅਪਡੇਟ, ਜੇ ਕਿਸੇ ਨੇ ਸਾਡੀ ਦੇਖਣੀ ਵੀ ਹੁਣ ਕਿੱਥੇ ਹੈ ਹੁਣ ਕਿੱਥੇ ਹੈ, ਜਾਂ ਜੇ ਤੁਸੀਂ ਮਿਲਣਾ ਚਾਹੁੰਦੇ ਤਾਂ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰਿਓ ਵਣ ਵਾਲਾ ਅਨੂ। ਹਾਂਜੀ, ਦੇਖ ਨਾਲ ਲੋਕੇਸ਼ਨ ਵੀ ਪੈ ਰਹੀ ਹੈ ਵੀ ਕਿਹੜੇ ਪਿੰਡ ਆ ਹੁਣ ਅਸੀਂ। ਤਿਆਰੀਆਂ ਆਲਮੋਸਟ ਮੁਕੰਮਲ ਹੋ ਗਈਆਂ, ਕਾਲਾ ਘੋੜਾ ਸਟਾਰਟ ਕਰ ਲਿਆ, ਧੁੰਦ ਬਹੁਤ ਸੀ, ਮਸਾਂ ਸਟਾਰਟ ਕੀਤਾ, ਅਤੇ ਲਾਡੀ ਅਤੇ ਆਪਣੀ ਮਰਸਡੀਜ਼ ਖੜੀ ਹੈ, ਅੰਦਰੋਂ ਦਿਖਾਇਆ ਤੁਹਾਨੂੰ, ਇਹ ਜੱਟਾਂ ਵਾਲੀ ਮਰਸਡੀਜ਼ ਹੈ, ਅਤੇ ਇੱਥੇ ਪ੍ਰਮੋਸ਼ਨ ਹੋ ਗਈ ਆਪਣੀ ਪੰਜਾਬੀ ਟਰੈਵਲ ਕਪਲ, ਜਿਹਦੇ ਕੋਲ ਵੀ ਰਵਾਂਗੇ ਸਾਰਿਆਂ ਦੀਆਂ ਗੱਡੀਆਂ 'ਤੇ ਸਟਿੱਕਰ ਲੱਗ ਜਾਣੇ ਪੰਜਾਬੀ ਟਰੈਵਲ ਕਪਲ, ਅਤੇ ਫੈਮਿਲੀ ਨੂੰ ਸੀ ਆਫ ਕਰਨ ਦਾ ਟਾਈਮ ਆ ਗਿਆ। ਚੰਗਾ ਬੇਬੇ ਜੀ, ਫਿਰ ਮਿਲਾਂਗੇ, ਹੈਂ, ਹਾਂਜੀ, ਚਲੋ ਥੈਂਕ ਯੂ ਸੋ ਮਚ, ਆ ਸਟਿੱਕਰ ਦੇ ਦੇ, ਵਾਹ ਤਾਜ ਨੂੰ, ਤਾਜ ਸਜਾ ਕੇ ਰੱਖੀ ਨੂੰ, ਤਾਜ ਮਹਿਲ ਵਾਂਗ ਹੁਣ। ਲਓ ਜੀ ਬੈਠੀ, ਆਪਾਂ ਕਰੀਏ ਸਵਾਰੀ, ਕੱਲ੍ਹ ਆਪਣੇ ਬੁਲਟ ਦਾ ਸ਼ੀਸ਼ਾ ਟੁੱਟ ਗਿਆ ਯਾਰ, ਇਹ ਪਵਾਉਣਾ, ਪਤਾ ਨਹੀਂ ਕਿੱਥੋਂ ਟੁੱਟ ਗਿਆ ਇਹ, ਅਤੇ ਕਿੱਕ ਮਾਰ ਲਈ, ਚਲੀਏ ਲੈਟਸ ਗੋ। ਚੰਗਾ ਜੀ, ਬਾਏ ਬਾਏ ਲਾਡੀ, ਚਲੋ ਜੀ ਨਵਾਂ ਸਫ਼ਰ ਸ਼ੁਰੂ, ਬਾਏ ਛੋਟੇ ਛੋਟੇ ਹੋ। ਆਪਾਂ ਜਾਣਾ ਪੰਜਾਬੇ, ਪੰਜਾਬੇ ਤੋਂ ਬਾਅਦ ਸਿੱਖਿਆ ਵਾਲੀ, ਉਸ ਤੋਂ ਬਾਅਦ ਆਪਾਂ ਜਾਵਾਂ ਕੁੱਤਿਆਂ ਵਾਲੀ, ਕੁੱਤਿਆਂ ਵਾਲੀ ਪਿੰਡ ਯਾਦ ਰੱਖਿਓ ਮੇਰੇ ਵਾਂਗੂ ਤੁਸੀਂ, ਕੁੱਤਿਆਂ ਵਾਲੀ, ਕੁੱਤਿਆਂ ਵਾਲੀ, ਕੁੱਤਿਆਂ ਵਾਲੀ। ਜਿਹੜਾ ਅੱਜ ਦਾ ਆਪਣਾ ਸਫ਼ਰ ਰਹੂਗਾ 70-80 ਕਿਲੋਮੀਟਰ ਦਾ, ਆਪਾਂ ਸਫ਼ਰ ਕਰਾਂਗੇ ਅਬੋਹਰ ਵਿੱਚੋਂ ਦੀ ਹੁੰਦੇ ਹੋਏ ਗੰਗਾਨਗਰ ਪਹੁੰਚਣਾ, ਅਤੇ ਅੱਜ ਆਪਾਂ ਹਾਈਵੇ ਛੱਡਤਾ, ਹਾਈਵੇ ਛੱਡ ਕੇ ਮਤਲਬ ਲਿੰਕ ਰੋਡਾਂ 'ਤੇ ਸਫ਼ਰ ਕਰਾਂਗੇ, ਜਿਵੇਂ ਲਿੰਕ ਰੋਡ ਜਾ ਰਹੀ ਹੈ। ਹੁਣ ਅਸੀਂ ਜਾ ਰਹੇ ਹਾਂ ਗੱਗੂ ਗਿੱਲ ਦੇ ਪਿੰਡ ਮਾਣੀਖੇੜੇ ਵਿੱਚੋਂ ਦੀ ਲੰਘਾਂਗੇ, ਮਾਣੀਖੇੜੇ ਤੋਂ ਹੁੰਦੇ ਹੋਏ ਅਬੋਹਰ, ਅਬੋਹਰ ਪਹੁੰਚੀਏ ਆਪਾਂ 1 ਵਜੇ ਲੰਚ ਟਾਈਮ, ਅਤੇ ਉੱਥੇ ਕਿਸੇ ਸੱਜਣ ਨੂੰ ਮਿਲਣਾ ਕਿਉਂਕਿ ਫੋਨ ਆਇਆ ਹੋਇਆ ਸੀ ਉਹਨਾਂ ਦਾ, ਅਤੇ ਉਸ ਤੋਂ ਬਾਅਦ 4 ਵਜੇ ਅੱਜ ਆਪਾਂ ਆਪਣਾ ਸਫ਼ਰ ਸਮਾਪਤ ਕਰ ਦੇਣਾ ਹੈਗਾ।
ਕਿਉਂਕਿ ਕੱਲ ਧੁੰਦ 'ਚ ਲੇਟ ਹੋ ਗਿਆ ਸੀ, ਡਿਲੇ ਹੋ ਗਿਆ ਸੀਗਾ। ਬਾਕੀ ਕੱਲ ਸਫ਼ਰ ਵੀ 180 ਕਿਲੋਮੀਟਰ ਦਾ ਸੀ, ਅੱਜ ਅੱਧਾ ਹੈਗਾ। ਅਸੀਂ ਨਾ ਅਤੇ ਭੇਡਾਂ ਬੱਕਰੀਆਂ ਇੱਧਰਲੇ ਇਲਾਕੇ 'ਚ ਬਹੁਤ ਜ਼ਿਆਦਾ ਨੇ, ਅਤੇ ਕਿਉਂਕਿ ਕੁੱਕਰਾਂ ਬਹੁਤ ਹੈ ਇੱਧਰਲੇ ਏਰੀਏ 'ਚ, ਇਸ ਕਰਕੇ ਨਾ ਇੱਧਰ ਵੱਧ ਹੈ ਚਰਵਾਹੇ। ਅਤੇ ਬਾਕੀ ਛੱਟੀਆਂ ਛੁੱਟੀਆਂ ਬਹੁਤ ਮਿਲਦੀਆਂ ਰੱਖੀਆਂ ਹੋਈਆਂ, ਵਾਹਣਾਂ ਦਾ ਵੀ ਫਰਕ ਪੈਣ ਲੱਗ ਗਿਆ ਜਿਵੇਂ ਰੇਤਲੇ ਜੇ ਵਾਹਣ ਹੋ ਗਏ। ਅਤੇ ਬਾਰਡਰ ਜਦੋਂ ਜਿਉਂ ਜਿਉਂ ਗੰਗਾਨਗਰ ਨੂੰ ਜਾਈ ਜਾਵਾਂਗੇ ਨਾ, ਬਹੁਤ ਟੱਪ ਜਾਂਗੇ, ਮਤਲਬ ਤਾਂ ਉਦੋਂ ਤਾਂ ਜ਼ਿਆਦਾ ਵੱਧ ਜਾਣਾ, ਕਿਉਂਕਿ ਰਾਜਸਥਾਨ ਦਾ ਏਰੀਆ ਸ਼ੁਰੂ ਹੋ ਜਾਣਾ ਉੱਥੋਂ। ਚਾਹੀਦਾ ਤਾਂ ਇਹਨਾਂ ਲੋਕਾਂ ਕੋਲ ਚੰਗੀਆਂ ਯਾਰ ਇੱਧਰਲੇ ਪਾਸੇ, ਕਿਉਂਕਿ ਮੁਰੱਬੇ ਵਾਲੇ ਬੰਦੇ ਨੇ ਇਹ, ਅਤੇ ਆਪਣੇ ਨਾਲ ਬਰਨਾਲੇ ਹੋਰ ਸੰਗਰੂਰ ਕਰੀ ਆਪਣੇ ਰਕਬਾ ਘੱਟ ਹੈ ਜ਼ਮੀਨਾਂ ਦਾ, ਆਪਾਂ ਪਾਡੀਆਂ ਜੋਗੇ ਹਾਂ। ਨਾਂ ਬਦਲ ਕੇ ਪਿੰਡ ਦਾ ਸ਼ੇਰਾਂ ਲਈ ਰੱਖਿਆ ਹੋਇਆ, ਵੈਸੇ ਸ਼ੇਰਾਂ ਲਈ ਰੱਖਦਾ ਬਾਈ ਜੀ। ਤੇ ਬਾਈ ਜੀ ਚਾਹ ਪਿਲਾਉਣ ਪਹੁੰਚੇ ਨੇ ਰਸਤੇ ਚ, ਕਹਿੰਦੇ ਚਾਹ ਜ਼ਰੂਰ ਪੀ ਕੇ ਜਾਇਓ। ਤੁਹਾਡਾ ਡੱਬ ਵਾਲੀ ਜ਼ਰੂਰ ਪੀ ਕੇ ਜਾਵਾਂਗੇ, ਚਾਹ ਜ਼ਰੂਰ ਪੀਵਾਂਗੇ। ਲਓ ਜੀ ਆਪਣੀ ਖੜ ਗਈ ਗੱਡੀ ਸਾਈਡ ਤੇ ਚਾਹ ਬਾਈ ਜੀ ਨੇ ਕੱਢ ਲਈ, ਚਾਹ ਕੱਪਾਂ ਚ, ਕੱਪ ਕੁੱਪ ਬਾਈ ਸਾਰਾ ਕੁਛ ਨਾਲ ਲੈ ਕੇ ਆਇਓ ਹੈ। ਚਲੋ ਧੰਨਵਾਦ ਭਰਾ। ਤੇ ਗੁਰਜਾਪ ਕਹਿੰਦਾ ਮੈਂ ਬੋਹਰ ਤੱਕ ਤੈਨੂੰ ਛੱਡ ਕੇ ਆਊਂਗਾ, ਤੇ ਉਹ ਆਪਣੀ ਲੰਬੋਰਗਿਨੀ ਖੜੀ ਹੈ ਗੁਰਜਾਪ। ਤੇ ਅਸਲ 'ਚ ਅਸੀਂ ਜਾਣਾ ਯਾਰ ਮਾਣੀ ਖੇੜੇ ਕਹਿੰਦੇ ਗੱਗੂ ਗਿੱਲ ਦੇ ਘਰੇ ਹੋ ਕੇ ਜਾਵਾਂਗੇ, ਗੁਰਜਾਪ ਕਹਿੰਦਾ। ਹਾਂਜੀ ਹਾਂਜੀ ਬਾਈ, ਫੋਨ ਕੀਤਾ ਹੋਇਆ ਜੇ, ਕਰਦੇ ਹਾਂ ਪਤਾ ਕਿ ਮੈਂ ਜਾ ਕੇ ਪਤਾ ਲੱਗੂਗਾ। ਤੇ ਬਾਈ ਮੁਕਤਸਰ ਦਾ ਨੰਬਰ ਹੈ? ਠੀਕ, ਅੱਛਾ ਮੁਕਤਸਰ ਜ਼ਿਲ੍ਹਾ ਪੈਂਦਾ, ਠੀਕ ਹੈ ਜੀ। ਹੁਣ ਆਪਾਂ ਮੁਕਤਸਰ ਜ਼ਿਲ੍ਹੇ 'ਚ ਫਿਰਦੇ ਹਾਂ। ਬਾਈ ਦੀ ਲਿਆਂਦੀ ਚਾਹ ਛਕਲੀ ਜੀ, ਤੇ ਅੱਜ ਦਾ ਜਿਵੇਂ ਨਗਰ ਕੀਰਤਨ ਦੇ ਪੜਾਅ ਹੁੰਦੇ ਐਵੇਂ ਹੋਣਗੇ, ਕਾਜੂ ਬਦਾਮਾਂ ਨਾਲ ਚਾਹ ਮਿਲੀ ਹੈ। ਤੇ ਆਹ ਲਓ ਬਾਈ ਜੀ ਸਾਡੀ ਪਿਆਰ ਨਿਸ਼ਾਨੀ ਛੱਲਾ, ਠੀਕ ਹੈ, ਥੈਂਕ ਯੂ ਸੋ ਮਚ। ਤੇ ਆਪਾਂ ਮਿਲਾਂਗੇ ਫਿਰ ਕਦੇ, ਹੈ ਹਾਂਜੀ, ਥੈਂਕ ਯੂ ਵੀਰੇ। ਹਾਂਜੀ ਆਹ ਚੱਕ ਛੱਲਾ, ਪਿੰਡ ਕਹਿੰਦੇ ਖੜਜੋ ਕੁੱਤਿਆਂ ਵਾਲੀ, ਕਹਿੰਦੇ ਜੇ ਮਤਲਬ ਕੋਈ ਬੰਦਾ ਨਾ ਇੱਥੇ ਨਾਮ ਲੈ ਦੇ ਇਹਦਾ ਕੁੱਤਿਆਂ ਵਾਲੀ ਤਾਂ ਲੋਕ ਲੜ ਪੈਂਦੇ ਆ ਅਤੇ ਕੁੱਟਣ ਨੂੰ ਆਉਂਦੇ ਆ, ਇਸ ਕਰਕੇ ਅਸੀਂ ਮਤਲਬ ਹੌਲੀ ਬੋਲਾਂਗੇ, ਕਿਸੇ ਨੂੰ ਦੱਸਣਾ ਨਹੀਂ ਕੁੱਤਿਆਂ ਵਾਲੀ, ਤੁਹਾਨੂੰ ਦੱਸ ਦੇਣਾ ਇਹਦਾ ਨਾਮ ਬਦਲ ਕੇ ਉਹਨੂੰ ਸ਼ੇਰਾਂ ਵਾਲੀ ਕਰਦਾ, ਅਤੇ ਉਹ ਤੁਹਾਨੂੰ ਪਹਿਲਾਂ ਵੀ ਦੱਸਦਾ ਕਿਉਂਕਿ ਰਿਸ਼ਤੇ ਹੁਣ ਹਟ ਗਏ ਸੀ ਪਿੰਡ 'ਚ ਤਾਂ ਕਰਕੇ, ਅਤੇ ਨਾ ਪਿੰਡ ਵਧੀਆ ਪਤਾ ਨਹੀਂ ਨਾਮ ਕੁੱਤਿਆਂ ਵਾਲੀ, ਅਗਲਾ ਕਹਿੰਦਾ ਕੁੱਤਿਆਂ ਵਾਲੀ ਕਰਤੀ ਯਾਰ ਮੇਰੇ ਨਾਲ ਤਾਂ, ਆਹ ਬਾਬੇ ਦੇ ਕੁੜੀ ਤਾੜੀ ਚੱਕੀ ਜਾਂਦੇ ਆ। ਸਹੀ ਗੱਲ ਹੈ, ਪੰਜਾਬ ਨਾ ਯਾਰ ਇਹਨਾਂ ਦਿਨਾਂ 'ਚ ਘੁੰਮਣ ਵਾਲਾ ਹੁੰਦਾ, ਖਾਸ ਕਰਕੇ ਨਵੰਬਰ ਤੋਂ ਲੈ ਕੇ ਫਰਵਰੀ ਤੱਕ। ਅਤੇ ਅਸੀਂ ਵੀ ਖੇਤਾਂ ਵਾਲੀਆਂ ਪਗਡੰਡੀਆਂ ਫੜਨੀਆਂ ਹਾਈਵੇ ਛੱਡ 'ਤੇ, ਕਿਉਂਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਮਿਲਣਾ ਆਪਣੇ ਸਫ਼ਰ 'ਚ। ਵੱਧ ਤੋਂ ਵੱਧ ਲੋਕਾਂ ਨਾਲ ਸਫ਼ਰ ਕਰਨਾ, ਵੱਧ ਤੋਂ ਵੱਧ ਲੋਕਾਂ ਨੂੰ ਮਿਲਣਾ, ਲੋਕਾਂ ਦੇ ਖੇਤਾਂ 'ਚ ਜਾਣਾ ਅਤੇ ਰੇਹੜਿਆਂ 'ਤੇ ਚੜ੍ਹਨਾ ਪਿਆਰ ਲਈ, ਅਤੇ ਪੰਜਾਬ ਨੂੰ ਮਤਲਬ ਜਮ੍ਹਾਂ ਗਰਾਊਂਡ ਤੋਂ ਦੇਖ ਸਕੀਏ, ਮਤਲਬ ਲੋਕਾਂ ਦੇ ਵਿੱਚ ਵਿਚਰ ਸਕੀਏ, ਇਸੇ ਕਰਕੇ ਪੰਜਾਬ ਦਾ ਟੂਰ ਲਾ ਰਹੇ ਹਾਂ। ਅਤੇ ਬਾਕੀ ਹਾਈਵੇ 'ਚ ਜਾਂ ਸ਼ਹਿਰਾਂ 'ਚ ਸਾਡਾ ਬਹੁਤਾ ਇੰਟਰਸਟ ਨਹੀਂ, ਅਤੇ ਜਿਹੜੇ ਲੋਕ ਮੈਸੇਜ ਕਰਦੇ ਆ ਸ਼ਹਿਰਾਂ ਤੋਂ, ਉਹ ਆਪਾਂ ਕਦੇ ਸਪੈਸ਼ਲ ਫੇਰ ਟੂਰ ਬਣਾਵਾਂਗੇ। ਅਤੇ ਹੁਣ ਦਾ ਜਿਹੜਾ ਟੂਰ ਹੈ ਸਿਰਫ ਅਤੇ ਸਿਰਫ ਪਿੰਡਾਂ ਵਾਲਾ, ਅਤੇ ਕੱਲ੍ਹ ਅਸੀਂ ਜਿਹੜਾ ਰੁਕਣਾ ਹੈਗਾ ਮਤਲਬ ਫਾਜ਼ਿਲਕਾ ਦੇ ਨੇੜੇ ਤੇੜੇ ਰੁਕਾਂਗੇ, ਫਾਜ਼ਿਲਕਾ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਆ ਉਹ ਸਾਨੂੰ ਮੈਸੇਜ ਛੱਡ ਦਿਓ। ਅਤੇ ਇੱਕ ਗੱਲ ਦਾ ਧਿਆਨ ਰੱਖਿਓ, ਜਿਹੜਾ ਮਤਲਬ ਫਾਜ਼ਿਲਕਾ ਤੋਂ ਬਾਰਡਰ ਕੰਨੀ ਨੂੰ ਹੋਵੇ, ਜਿਨ੍ਹਾਂ ਦੇ ਪਿੰਡ ਫਾਜ਼ਿਲਕਾ ਤੋਂ ਮੁਕਤਸਰ ਕੰਨੀ ਜਾਂ ਗੁਰੂ ਹਰ ਸਹਾਇਕ ਕੰਨੀ ਪੈਂਦੇ ਆ, ਉਹ ਨਾ ਪਲੀਜ਼ ਮੈਸੇਜ ਕਰਨ। ਅਤੇ ਜਿਹੜੇ ਖਾਸ ਕਰਕੇ ਬਾਰਡਰ ਤਾਰ ਦੇ ਨਾਲ ਪਿੰਡ ਹੈ ਉਹ ਪਿੰਡਾਂ ਦੇ ਲੋਕ ਮੈਸੇਜ ਕਰਿਓ, ਅਤੇ ਆਪਾਂ ਜ਼ਰੂਰ ਮਿਲਾਂਗੇ। ਹਾਂ ਇੱਧਰ ਦੇ ਪਿੰਡ ਆ ਗਏ, ਦੇਖ ਲਓ ਪਿੰਡਾਂ ਦਾ ਵੀ ਆਪਣੇ ਨਾਲੋਂ ਬਹੁਤ ਫਰਕ ਹੈ, ਅਤੇ ਹਰੇਕ ਘਰ ਦੇ ਬਾਹਰ ਛੱਡੀਆਂ ਪਈਆਂ, ਕਿਉਂਕਿ ਨਰਮਾ ਬਹੁਤ ਜ਼ਿਆਦਾ ਬੀਜਿਆ ਜਾਂਦਾ ਇੱਥੇ, ਇਹ ਨਰਮਾ ਬੈਲਟ ਹੈ ਪੂਰੀ, ਤਾਂ ਕਰਕੇ ਛੱਡੀਆਂ ਪਈਆਂ। ਹਾਂ ਘਰਾਂ ਦਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ, ਆਰਕੀਟੈਕਚਰ ਦਾ ਡਿਜ਼ਾਈਨ ਦਾ ਵੀ ਆਪਣੇ ਨਾਲ ਪੇਂਡੂ ਇਲਾਕੇ ਦਾ ਵੀ ਫਰਕ ਹੈ, ਆਪਣੇ ਪਿੰਡ ਹੋਰ ਹਿਸਾਬ ਦੇ ਹੈ ਅਤੇ ਇੱਧਰ ਜਿਹੜੇ ਪਿੰਡ ਹੋਰ ਹਿਸਾਬ ਦੇ ਆ। ਅਜੇ ਜਿਉਂ ਜਿਉਂ ਆਪਾਂ ਬਾਰਡਰ ਏਰੀਏ ਦੇ ਨੇੜੇ ਜਾਵਾਂਗੇ ਨਾ,
ਤਾਂ ਫਤੂਹੀ ਖੇੜਾ ਖੁਸ਼ੀ ਫਤੂਹੀ ਖੇੜੇ ਆਪਾਂ ਪਹਿਲਾਂ ਗਏ ਸੀ ਪਤਾ ਨਹੀਂ ਮੇਰਾ ਮਿੱਤਰ ਹੈ ਕੋਈ ਫਤੂਹੀ ਖੇੜੇ ਦਾ ਯੂਨੀਵਰਸਿਟੀ ਪੜ੍ਹਦਾ ਸੀਗਾ ਤੁਹਾਡੀ ਸਹੇਲੀ ਸੀ ਫਤੂਹੀ ਖੇੜੇ ਦੀ ਮੈਨੂੰ ਯਾਦ ਹੈ ਇੱਕ ਨਾ ਇੱਧਰਲੇ ਇਲਾਕੇ 'ਚ ਜਿਹੜੇ ਪਿੰਡਾਂ ਦੇ ਨਾਂ ਹੈ ਉਹ ਖੇੜੇ ਬਹੁਤ ਹੈ ਜਿਵੇਂ ਖੇੜਾ ਜਿਵੇਂ ਮਾਣੀ ਖੇੜਾ ਜਾਂ ਫਤੂਹੀ ਖੇੜਾ ਹੈ ਨਾ ਅਤੇ ਖੇਮਾ ਖੇੜਾ ਜਾਂ ਜਿਹੜੇ ਆਲਾ ਆਲੇ ਪਿੱਛੇ ਬਹੁਤ ਹੈ ਜਿਵੇਂ ਆਪਣੇ ਗੜ੍ਹ ਬਹੁਤ ਨੇ ਜਿਵੇਂ ਆਪਾਂ ਜਿਵੇਂ ਪਿੰਡਾਂ ਦੇ ਨਾਮ ਗੜ੍ਹ ਪਿੱਛੇ ਹੈ ਅਤੇ ਇਹਨਾਂ ਦੇ ਖੇੜਾ ਅਤੇ ਚੰਡੀਗੜ੍ਹ ਹਰੀਗੜ੍ਹ ਖੁਸ਼ੀ ਦਾ ਪਿੰਡ ਹਰੀਗੜ੍ਹ ਅਤੇ ਚੰਡੀਗੜ੍ਹ ਨਾਲ ਮੇਲ ਜੋਲ ਕਰਦੇ ਕੱਚੀਆਂ ਕੰਧਾਂ ਘਰਾਂ ਦੀਆਂ ਦੇਖੋ ਅਤੇ ਪਿੰਡਾਂ ਦੇ ਪਿਆਰ ਪੱਕੇ ਨੇ ਇੱਧਰ ਦੇ ਘਰ ਭਾਵੇਂ ਕੱਚੇ ਨੇ ਆਪਣੇ ਵਾਲੀ ਪਹਿਲਾਂ ਨੂੰ ਹੈ ਅਤੇ ਪਰ ਆਹ ਦੇਖੋ ਪਿੰਡਾਂ ਦਾ ਫਰਕ ਪੈਣ ਲੱਗ ਗਿਆ ਨਾ ਯਾਰ ਆਪਣੇ ਨਾਲੋਂ ਮੈਂ ਤੁਹਾਨੂੰ ਦੱਸਿਆ ਸੀ ਆਪਣੇ ਨਾਲੋਂ ਬਹੁਤ ਫਰਕ ਹੈ ਇੱਧਰ ਦੇ ਪਿੰਡਾਂ ਦਾ ਪਿੰਡ ਕਿਹੜਾ ਗਿਆ ਜੀ ਮਾਣੀ ਖੇੜਾ ਗੱਗੂ ਗੱਲ ਦਾ ਘਰ ਕਿੱਧਰ ਨੂੰ ਸ਼ਾਮ ਖੇੜੇ ਰੋਡ ਤੇ ਕਿਤੇ ਇੱਥੋਂ ਕਿੰਨੀ ਕੁ ਦੂਰ ਹੈ ਇੱਥੋਂ 2 ਕਿਲੋਮੀਟਰ ਹੋਊਗਾ ਜੀ 2 ਕਿਲੋਮੀਟਰ ਘਰੇ ਹੁੰਦੇ ਆ ਕੱਲ ਤਾਂ ਹੈ ਨਹੀਂ ਸੀ ਅੱਜ ਤਾਂ ਪਤਾ ਨਹੀਂ ਅੱਛਾ ਕੱਲ ਹੈ ਨਹੀਂ ਸੀ ਊਂ ਪਿੰਡ 'ਚ ਪਤਾ ਲੱਗ ਜਾਂਦਾ ਵੀ ਘਰੇ ਹੁੰਦੇ ਆ ਕਿ ਨਹੀਂ ਕੱਲ ਮੈਂ ਗਿਆ ਸੀ ਅੱਛਾ ਕੱਲ ਘਰੇ ਗਏ ਸੀ ਹੈਂਜੀ ਕੱਲ ਮੈਂ ਗਿਆ ਸੀ ਹੈ ਨਹੀਂ ਸੀ ਅੱਛਾ ਕੱਲ ਘਰੇ ਹੈ ਨਹੀਂ ਸੀਗੇ ਕਿੱਥੇ ਬਾਹਰਪੁਰ ਕਿੱਥੇ ਗਏ ਬਾਹਰ ਚੱਲੀ ਜਾਂਦੀ ਸ਼ੂਟਿੰਗ ਅੱਛਾ ਸ਼ੂਟਿੰਗ ਚੱਲੀ ਜਾਂਦੀ ਫਿਲਮ ਦੀ ਚਲੋ ਠੀਕ ਹੈ ਜੇ ਘਰ ਹੋਵੇ ਮਿਲਾਂਗੇ ਅਤੇ ਚਲੋ ਥੈਂਕ ਯੂ ਜੀ ਸ਼ਾਮ ਖੇੜਾ ਰੋਡ 'ਤੇ ਠੀਕ ਹੈ ਜੀ ਮੈਨੂੰ ਇੱਕ ਬੋਲੀ ਯਾਦ ਆਈ ਆ ਬਾਰੀ ਬਰਸੀ ਖੇਡਣ ਗਿਆ ਸੀ ਖੱਟ ਕੇ ਲਿਆਂਦਾ ਪੇੜਾ ਆ ਗਏ ਗੱਗੂ ਗਿੱਲ ਦੇ ਪਿੰਡ ਮਾਣੀ ਖੇੜਾ ਮਾਣੀ ਖੇੜਾ ਇਹ ਗੱਗੂ ਗਿੱਲ ਦਾ ਪਿੰਡ ਸ਼ੁਰੂ ਹੋ ਗਿਆ ਜੀ ਆ ਬੋਰਡ ਲੱਗਿਆ ਮਾਣੀ ਖੇੜੇ ਦਾ ਤੇ ਇਹ ਮਤਲਬ ਇੱਥੋਂ ਸਿੱਧਾ ਜਾਣਾ ਉਧਰ ਸ਼ਾਮ ਖੇੜੇ ਨੂੰ ਰੋਡ ਜਾਂਦਾ ਤੇ ਅਸੀਂ ਹੁਣ ਉਧਰ ਨੂੰ ਚੱਲਦੇ ਆ ਅੱਗੇ ਤੇਰੇ ਭਾਗ ਲੱਛੀਏ ਮਿਲਣਗੇ ਜਾਂ ਨਹੀਂ ਹੈਨਾ ਸਹੀ ਗੱਲ ਹੈ ਆਪਣੇ ਵੱਲੋਂ ਪਹੁੰਚ ਗਏ ਫਿਰ ਲਓ ਜੀ ਪਾਤੇ ਚੱਲੇ ਕੱਚੀਆਂ ਕੰਧਾਂ ਦੇਖ ਪੁੱਤ ਜੱਟਾਂ ਦੇ ਫਿਲਮ 'ਚ ਦਿਖਾਉਂਦਾ ਹੁੰਦਾ ਹੈਗਾ ਉਵੇਂ ਹੈ ਪੁੱਤ ਜੱਟਾਂ ਦੇ ਭੌਂਦੇ ਰਾਖੀ ਕਰਦੇ ਪਤਾ ਨਹੀਂ ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਬੱਲੇ ਬੱਲੇ ਭਾਦਰ ਖੇੜਾ ਬਲਾਉਂਦੇ ਬੱਕਰੇ ਕੋਈ ਆਣ ਕੇ ਮਾਹੀ ਦਾ ਨਾਮ ਟੱਕਰੇ ਪੁੱਤ ਜੱਟਾਂ ਦੇ ਤੁਹਾਡਾ ਪਿੰਡ ਕਿਹੜਾ ਅੱਛਾ ਫਿਰੋਜ਼ਖੇੜਾ ਅਸੀਂ ਬਾਈ ਨੂੰ ਗੱਗੂ ਗੱਲ ਨੂੰ ਮਿਲਣਾ ਸੀਗਾ ਤਾਂ ਕਰਕੇ ਇਹ ਵਾਰ ਸਾਨੂੰ ਆਇਆ ਸੀਗਾ ਵੀ ਮਾਣੀ ਖੇੜੇ ਵਿੱਚੋਂ ਨਹੀਂ ਲੱਗੇ ਧੰਨਵਾਦ ਜੀ ਮਿਹਰਬਾਨੀ ਨਾ ਨਾ ਬਾਈ ਜੀ ਸੱਚੀ ਅਸੀਂ ਬਾ ਬੋਰ ਜਾਣਾ ਜੀ ਇਹ ਤੋਂ ਬਾਅਦ ਅੱਜ ਗੰਗਾ ਨਗਰ ਪਹੁੰਚਣਾ ਸੀ ਸ਼ਾਮ ਤੱਕ ਤਾਂ ਕਰਕੇ ਮੈਂ ਕਹਿੰਦਾ ਅੱਧਾ ਤੁਸੀਂ ਮਿਲੋ ਉਹਨੇ ਤੁਹਾਡਾ ਰੋਟੀ ਰੋਟੀ ਤਿਆਰ ਕਰ ਦੇਣੇ ਜੀ ਚਲੋ ਆਪਾਂ ਉੱਥੇ ਕਿਰਾਂ ਜਾਂਦੇ ਹਾਂ ਅਸੀਂ ਉਹਨਾਂ ਦੇ ਘਰ ਫਿਰ ਦੇਖਦੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਲੋੜ ਪਈ ਨਹੀਂ ਨਹੀਂ ਅਸੀਂ ਤਾਂ ਤੁਹਾਨੂੰ ਦੇਖ ਕੇ ਮੁੜੇ ਆ ਜੀ ਅੱਛਾ ਤੁਸੀਂ ਸਾਨੂੰ ਦੇਖ ਕੇ ਮੁੜੇ ਜਾ ਰਹੇ ਸੀ ਮੈਂ ਦੇਖਦਾ ਰਿਹਾ ਮੈਂ ਕਿਹਾ ਵੀ ਲੱਗਦੇ ਤਾਂ ਹੋਣੇ ਅੱਛਾ ਤਾਂ ਕਰਕੇ ਫਿਰ ਮੈਂ ਤੁਸੀਂ ਜਦੋਂ ਮਾਣੀ ਖੇੜ ਦਾ ਨਾਂ ਲੈ ਰਹੇ ਸੀ ਅੱਛਾ ਅੱਛਾ ਜੀ ਫਿਰ ਮੈਂ ਵੇਖਿਆ ਤੇ ਫਿਰ ਮੁੜੇ ਆ ਤਾਂ ਅੱਛਾ ਚਲੋ ਫਿਰ ਅਸੀਂ ਉੱਥੇ ਜਾ ਕੇ ਦੇਖ ਲੈਂਦੇ ਜੇ ਉਹ ਹੋਏ ਕਿਵੇਂ ਆਪਾਂ ਉੱਥੇ ਤੱਕ ਜਾਂ ਆ ਜਾਓ ਫਿਰ ਦੇਖ ਲੈਂਦੇ ਹਾਂ ਹਨਾ ਲਓ ਜੀ ਆਪਾਂ ਪਹੁੰਚ ਗਏ ਆ ਗੱਗੂ ਗਿੱਲ ਸਰ ਦੇ ਘਰ ਦੇ ਕੋਲੇ ਤੇ ਉਹ ਜਿਹੜੇ ਵੀਰੇ ਹੋਰੀ ਆਪਾਂ ਨੂੰ ਸਾਈਕਲ ਆਉਂਦੇ ਹੋਏ ਰਸਤੇ 'ਚ ਮਿਲੇ ਸੀ ਮੋਟਰਸਾਈਕਲ ਦੇ ਉਹ ਕਹਿੰਦੇ ਅਸੀਂ ਤੁਹਾਨੂੰ ਘਰ ਤੱਕ ਛੱਡ ਦੇ ਕੇ ਛੱਡ ਦਿੰਦੇ ਆ ਵੀ ਅੱਗੇ ਪਤਾ ਨਹੀਂ ਵੀ ਬਾਈ ਘਰੇ ਹੋਊ ਕਿ ਨਾ ਹੋਊ ਤੇ ਗੱਗੂ ਗਿੱਲ ਦਾ ਘਰ ਹੈ ਜੀ ਉਹ ਮਾਣੀ ਖੇੜਾ ਤੇ ਪਿੰਡ ਗੱਗੂ ਗਿੱਲ ਦੇ ਜਮਾਂ ਘਰੇ ਪਹੁੰਚ ਗਏ ਆਪਾਂ ਅੱਗੇ ਪੁੱਛਦੇ ਹੁਣ ਵੀ ਇੱਥੇ ਹੈਗੇ ਕਿ ਨਹੀਂ ਹੈਗੇ ਜੀ ਹੁਣ ਅਸੀਂ ਪਹੁੰਚ ਗਏ ਹਾਂ ਬਾਈ ਦੇ ਘਰ ਇਹ ਪਿੱਛੇ ਬਾਈ ਦਾ ਘਰ ਹੈਗਾ ਸਾਰਾ ਤੇ ਇੱਧਰ ਬਾਈ ਦੇ ਬਾਈ ਪਹਿਲਾਂ ਤਾਂ ਬਹੁਤ ਚੰਗਾ ਲੱਗਿਆ ਤੁਹਾਡੇ ਆਉਣ ਦਾ ਬਹੁਤ ਨਿੱਘਾ ਸਵਾਗਤ ਹੈ ਜੀ ਕਿਉਂਕਿ ਠੰਡ ਦਾ ਟਾਈਮ ਆ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਆਏ ਸਾਡੇ ਪਿੰਡ ਆਏ ਹਨਾ ਜੀ ਹਾਂਜੀ ਹਾਂਜੀ ਮੈਨੂੰ ਤਾਂ ਸੀ ਵੀ ਜਾ ਕੇ ਔਕਵਰਡ ਜਿਹਾ ਨਾ ਲੱਗੇ ਕਿਤੇ ਪਰ ਫੋਲੋ ਕਰਦੇ ਰਹੀ ਤੇ ਚਲੋ ਸ਼ੁਕਰੀਆ ਬਾਈ ਜਿੱਥੇ ਜਿੱਥੇ ਟੂਰ ਲੱਗਦਾ ਐਂ ਲੱਗਦਾ ਅਸੀਂ ਨਾਲ ਘੁੰਮ ਰਹੇ ਹਾਂ ਤੁਹਾਡੇ ਚਲੋ ਥੈਂਕ ਯੂ ਹਾਂਜੀ ਹਾਂਜੀ ਚਲੋ ਸ਼ੁਕਰੀਆ ਸ਼ੁਕਰੀਆ ਜੀ ਸਾਰੇ ਡਾਇਲੋਗ ਮਾਰੀ ਸਹੀ ਗੱਲ ਬਹੁਤ ਵਧੀਆ ਮਾਣੀ ਖੇੜਾ ਨਹੀਂ ਉੱਥੇ ਲਿਖਿਆ ਮਹਾਣੀ ਹੈ ਨਾ ਮਾਣੀ ਇੱਕ ਮਹਾਣੀ ਬੋਲਣ ਚ ਮਤਲਬ ਮਾਣੀ ਬੋਲ ਦਿੰਦੇ ਮਾਣੀ ਖੇੜਾ ਲਿਖਣ ਚ ਅੱਛਾ ਪੰਜਾਬ ਦਾ ਇੱਕ ਹੀ ਪਿੰਡ ਹੈ ਜਿਹਦਾ ਨਾਂ ਨੀ ਰਲਦਾ ਨਾ ਕਿਸੇ ਪਿੰਡ ਨਾਲ ਹੀ ਵੈਸੇ ਮਾਣਖੇੜਾ ਵੀ ਇੱਕ ਪਿੰਡ
ਵੈਸੇ ਇਧਰਲੇ ਪਿੰਡਾਂ ਚ ਬਈ ਉਹ ਵੀ ਬਹੁਤ ਆ ਜੀ ਆਪਣੇ ਖੇੜੇ ਬਹੁਤ ਆ ਹਨਾ ਸੇਮ ਨਾਮ ਖੇੜੇ ਪਿੰਡ ਪਹਿਲਾਂ ਪੁਰਾਣੇ ਮੁਸਲਮਾਨਾਂ ਦੇ ਹੁੰਦੇ ਸੀ ਅੱਛਾ ਜੀ 47 ਤੋਂ ਪਹਿਲਾਂ ਉਹਨਾਂ ਦੇ ਕਰਕੇ ਖੇੜੇ ਸਾਰੇ ਖੇੜੇ ਹੀ ਖੇੜੇ ਹਾਂਜੀ ਇਧਰੋਂ ਇਸ ਏਰੀਆ ਚ ਜ਼ਿਆਦਾ ਉੱਠ ਕੇ ਗਏ ਆ ਇਹ ਪਿੰਡਾਂ ਦੇ ਨਾਂ ਸੀ ਜ਼ਿਆਦਾ ਅੱਛਾ ਜੀ ਪਹਿਲਾਂ ਉਹ ਸੀ ਕੁੱਤੇ ਵਾਲੀ ਇਹ ਵੀ ਇੱਥੇ ਦੀ ਮਾਣੀ ਖਾਂ ਮੁਸਲਮਾਨ ਹੁੰਦਾ ਸੀ ਉਹਨਾਂ ਦੇ ਪਿੰਡ ਅੱਛਾ ਠੀਕ ਹੈ ਜੀ ਬੇਟੇ ਬੈਠੇ ਆ ਦੋਨੇ ਤੇ ਗੱਲਾਂ ਬਾਤਾਂ ਕੀਤੀਆਂ ਤੇ ਪਰ ਮਿਲੇ ਨਹੀਂ ਤੇ ਫਿਰ ਕਦੇ ਤੁਹਾਨੂੰ ਮਿਲਾਵਾਂਗੇ ਬਾਈ ਜੀ ਨਾਲ ਫਿਰ ਇਹਨਾਂ ਦਾ ਕਹਿੰਦੇ ਸੰਪਰਕ ਕਰਕੇ ਦੁਬਾਰਾ ਆ ਜਾਇਓ ਜ਼ਰੂਰ ਮਿਲਾਵਾਂਗੇ ਤੇ ਇਹਨੇ ਬਾਈ ਜੀ ਦੇ ਵੱਡੇ ਬੇਟੇ ਗੁਰ ਅਮਰਤ ਗਿੱਲ ਜੀ ਹੈ ਨਾ ਤੇ ਇਹ ਛੋਟੇ ਬੇਟੇ ਨੇ ਗੁਰਜੋਤ ਗਿੱਲ ਜੀ ਇਹ ਬਾਈ ਜੀ ਦੇ ਦੋਸਤ ਇਹਨਾਂ ਦੇ ਦੋਸਤ ਨੇ ਸੰਧੂ ਅਮਰਿੰਦਰ ਤੇ ਇਹਨਾਂ ਦਾ ਫਤੂਹੀ ਖੇੜਾ ਇਹ ਇੱਧਰ ਖੁਸ਼ੀ ਖੜੀ ਹੈ ਛੋਟੀ ਬੇਟੀ ਪਿੰਡ ਹੈ ਮਾਨੀ ਖੇੜਾ ਬਾਈ ਜੀ ਦੇ ਘਰ ਆਏ ਸੀ ਤੇ ਮਿਲੇ ਨਹੀਂ ਹੈਗੇ ਬਾਈ ਜੀ ਫਿਲਮ ਦਾ ਕਿਹੜੀ ਫਿਲਮ ਦਾ ਸ਼ੂਟ ਚੱਲ ਰਿਹਾ ਜੀ ਅੱਛਾ ਅੱਛਾ ਐਮੀ ਵਿਰਕ ਨਾਲ ਕਹਿੰਦੇ ਕੋਈ ਮੂਵੀ ਚੱਲ ਰਹੀ ਹੈ ਚਾਚਾ ਭਤੀਜਾ ਅੱਛਾ ਅੱਛਾ ਜੀ ਚਲੋ ਫਿਰ ਕਿਸੇ ਦਿਨ ਮਿਲਣਾ ਮੈਂ ਪਹਿਲਾਂ ਥੈਂਕ ਯੂ ਤੁਹਾਡਾ ਇੰਨਾ ਸਾਡਾ ਉਹ ਕੀਤਾ ਚਾਹ ਪਾਣੀ ਪਿਲਾਇਆ ਇੰਨੇ ਗੱਲਾਂ ਬਾਤਾਂ ਹੋਈਆਂ ਨਾ ਬਹੁਤ ਬਹੁਤ ਧੰਨਵਾਦ ਸਾਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂਜੀ ਅਸੀਂ ਤੁਹਾਡੇ ਬਲੌਗ ਦੇਖਦੇ ਰਹਿੰਦੇ ਹਾਂ ਤਕਰੀਬਨ ਸਾਰੇ ਮੋਸਟਲੀ ਵੇਖ ਰਹੇ ਹਾਂ ਚਲੋ ਸ਼ੁਕਰੀਆ ਬਾਈ ਥੈਂਕ ਯੂ ਬੜੀ ਖੁਸ਼ੀ ਹੋਈ ਤੁਹਾਡੇ ਆਏ ਦੀ ਥੈਂਕ ਯੂ ਤੁਹਾਡੇ ਟਾਈਮ ਬਾਅਦ ਹਾਂਜੀ ਆਜਿਆ ਕਰੋ ਟਾਈਮ ਬਾਅਦ ਥੋੜੇ ਟਾਈਮ ਬਾਅਦ ਨਹੀਂ ਨਹੀਂ ਆਵਾਂਗੇ ਜ਼ਰੂਰ ਅਗਲੀ ਵਾਰ ਬਟ ਮਿਲ ਕੇ ਜਾਵਾਂਗੇ ਅਸੀਂ ਖਾਲੀ ਨਹੀਂ ਮੁੜਨਾ ਤੇ ਲੰਬਾ ਟਾਈਮ ਬੈਠਾਂਗੇ ਅਗਲੀ ਵਾਰ ਇਸ ਵਾਰ ਸਾਨੂੰ ਥੋੜ੍ਹਾ ਜਿਹਾ ਅਗਾਂਹ ਜਾਣਾ ਹੈ ਨਾ ਤਾਂ ਕਰਕੇ ਅਤੇ ਬਾਕੀ ਬਹੁਤ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਚੰਗਾ ਜੀ ਠੀਕ ਹੈ ਚੰਗਾ ਜੀ।